ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ 15 ਸਤੰਬਰ ਤੋਂ 2 ਅਕਤੂਬਰ ਤੱਕ ਚਲਾਏ ਗਏ ਸਵੱਛ ਭਾਰਤ ਅਭਿਆਨ ਦੇ ਤਹਿਤ ਮੇਅਰ ਕਰਮਜੀਤ ਸਿੰਘ ਡਿੰਟੂ ਅਤੇ ਕਮਿਸ਼ਨਰ ਸੋਨਾਲੀ ਗਿਰੀ ਦੀ ਰਹਿਨੁਮਾਈ ਹੇਠ ਹਾਲ ਗੇਟ ਤੋਂ ਘੰਟਾਘਰ ਚੌਂਕ ਤੱਕ ਸਫਾਈ ਮੁਹਿੰਮ ਦੇ ਤਹਿਤ ਸਫਾਈ ਕੀਤੀ ਗਈ ਅਤੇ ਲੋਕਾਂ ਨੂੰ ਸਫਾਈ ਬਾਰੇ ਜਾਗਰੂਕ ਕੀਤਾ ਗਿਆ। ਡਿਪਟੀ ਮੇਅਰ ਯੂਨਸ ਕੁਮਾਰ, ਕੌਂਸਲਰ ਜਤੇਂਦਰ ਸੋਨੀਆ, ਸੁਨੀਲ ਕੌਂਟੀ, ਸਵੱਛ ਭਾਰਤ ਅੰਮ੍ਰਿਤਸਰ ਦੇ ਬ੍ਰਾਂਡ ਅੰਬੈਸਡਰ ਅਰਵਿੰਦਰ ਸਿੰਘ ਪੱਟੀ, ਚੀਫ ਸੈਨੇਟਰੀ ਇੰਸਪੈਕਟਰ ਅਮਰ ਸਿੰਘ, ਨਿਰਭੈ ਸਿੰਘ, ਚੰਚਲ ਸਿੰਘ, ਕੁਲਦੀਪ ਸਿੰਘ ਪੰਡੋਰੀ ਸਮੇਤ ਨਗਰ ਨਿਗਮ ਦੇ ਕਈ ਮੁਲਾਜ਼ਮ ਮੌਜੂਦ ਸਨ। ਗਾਂਧੀ ਜਯੰਤੀ ਆ ਔਰ ਅਸੀਂ ਸਾਰੇ ਨਗਰ ਨਿਗਮ ਕਾਰਪੋਰੇਸ਼ਨ ਸਾਰੇ ਇਕੱਤਰ ਹੋ ਕੇ ਅੱਜ ਇੱਥੇ ਸ਼੍ਰਮਦਾਨ ਜਿਹੜਾ ਵਾ ਉਹਦੇ ਵਾਸਤੇ ਇਕੱਠੇ ਹੋਏ ਹਾਂ ਔਰ ਸ਼ਹਿਰ ਦੀ ਸਾਫ਼ ਸਫਾਈ ਜਿਹੜੀ ਇੱਥੋਂ ਅੱਜ ਸ਼ੁਰੂ ਕਰਕੇ ਹਰਿਮੰਦਰ ਸਾਹਿਬ ਹੈਰੀਟੇਜ ਸਟਰੀਟ ਤੱਕ ਅਸੀਂ ਕਰਾਂਗੇ ਔਰ ਇੱਕ ਇਹ ਸਾਰਾ ਸ਼ਹਿਰ ਵਾਸੀਆਂ ਨੂੰ ਮੈਸੇਜ ਹੈ ਕਿ ਸਾਨੂੰ ਆਪਣਾ ਸ਼ਹਿਰ ਜਿਹੜਾ ਕਿਸ ਤਰੀਕੇ ਨਾਲ ਸਾਫ਼ ਸੁਥਰਾ ਬਣਾਉਣਾ, ਕਿਉਂਕਿ ਇੱਕ ਆਪਾਂ ਪੁਰਾਣੀ ਗੱਲ ਸੁਣਦੇ ਆਏ ਹਾਂ ਕਿ ਜਾਨਵਰ ਵੀ ਜਿੱਥੇ ਬੈਠਦੇ ਨੇ ਉੱਥੇ ਸਾਫ਼ ਸਫਾਈ ਰੱਖਦੇ ਨੇ ਔਰ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਸ਼ਹਿਰੀਆਂ ਨੂੰ ਸਾਫ਼ ਸੁਥਰਾ ਵਾਤਾਵਰਨ ਦਈਏ। ਜੇ ਸਾਡੇ ਸ਼ਹਿਰ 'ਚ ਸਫਾਈ ਹੋਏਗੀ ਔਰ ਸਫਾਈ ਦੇ ਨਾਲ ਨਾਲ ਸਾਡੀ ਸਿਹਤ ਚੰਗੀ ਹੋਏਗੀ, ਸਿਹਤ ਚੰਗੀ ਹੋਏਗੀ, ਸੋਚ ਚੰਗੀ ਹੋਏਗੀ। ਜੇ ਸੋਚ ਠੀਕ ਹੋਏਗੀ ਤਾਂ ਇਹ ਸਾਡਾ ਅੰਮ੍ਰਿਤਸਰ, ਸਾਡੀ ਸਟੇਟ ਔਰ ਸਾਡਾ ਜਿਹੜਾ ਦੇਸ਼ ਆ ਉਹ ਤਰੱਕੀ ਕਰੇਗਾ। ਔਰ ਮੇਰਾ ਅੱਜ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਆ ਕਿ ਤੁਸੀਂ ਆਪਣੇ ਆਲੇ ਦੁਆਲੇ ਦੀ ਸਫਾਈ ਜਿਹੜੀ ਆ ਉਹਨੂੰ ਜ਼ਰੂਰ ਬਣਾਈ ਰੱਖੋ।